ਟਰੈਕਿੰਗ ਦੇ ਵਿੱਚ ਵੇਵ ਜਿਹੜੀ ਚੱਲ ਰਹੀ ਹੈ ਇਸ ਵੇਲੇ ਬਹੁਤ ਜ਼ਿਆਦਾ, ਉਹ ਚੱਲ ਰਹੀ ਆ ਜਿਹੜੀ ਕਾਰਗੋ ਥੈਫਟ ਦੀ ਵੇਵ ਹੈਗੀ ਆ। ਰੀਸੈਂਟਲੀ ਸ਼ਿਕਾਗੋ ਦਾ ਇੱਕ ਜਿਹੜਾ ਆ ਬੰਦਾ ਆ ਉਹਨੂੰ ਚਾਰਜ ਕੀਤਾ ਆ, ਉਹਨੂੰ ਫੜਿਆ ਆ, ਉਹਨੇ ਜੀ ਲਿਕਰ ਤੇ ਕਾਪਰ ਜਿਹੜੇ ਆ ਉਹ ਸਟੀਲ ਕਰਦਾ ਸੀਗਾ। ਏਵਰਾਸ ਜੇਗਰਮੇਟਸ ਉਹਦਾ ਨਾਂ ਹੈਗਾ, 39 ਈਅਰ ਲਿਥੁਏਨੀਅਨ ਨੈਸ਼ਨਲ ਹੈਗਾ ਆ, ਸ਼ਿਕਾਗੋ ਤੋਂ ਫੋਰਟ ਲਾਟਰਡੇਲ ਏਰੀਆ ਦੇ ਵਿੱਚ ਦੋ ਥਾਵਾਂ ਤੇ ਰਹਿੰਦਾ ਸੀਗਾ। ਇਹਨੇ ਇੰਟੈਂਡ ਟੂ ਸਟੀਲ ਅਬਾਊਟ 13.5 ਮਿਲੀਅਨ ਦੇ ਗੁੱਡਸ, ਇਹ ਐਕਚੁਅਲੀ ਇਹਨੇ ਪਲਾਨ ਬਣਾਈ ਸੀ ਸਟੀਲ ਕਰਨ ਨੂੰ, 9.5 ਮਿਲੀਅਨ ਦੇ ਸਟੀਲ ਕਰ ਚੁੱਕਾ ਸੀਗਾ। ਸੋ ਬੇਸਿਕਲੀ ਇਹ ਮਤਲਬ ਕਿ ਕੈਰੀਅਰ ਬਣ ਕੇ ਬ੍ਰੋਕਰ ਕੋਲੋਂ ਲੋਡ ਚੱਕਦਾ ਸੀਗਾ ਤੇ ਲੋਡ ਅੱਗੇ ਚੋਰੀ ਕਰ ਦਿੰਦਾ ਸੀਗਾ। ਸੋ ਇਹਨੇ ਨਾਟ ਗਿਲਟੀ ਪਲੀ ਕੀਤਾ ਆ ਤੇ ਇਹਦੇ ਖਿਲਾਫ ਵਾਇਰ ਫਰਾਡ, ਬੈਂਕ ਫਰਾਡ ਤੇ ਥੈਫਟ ਆਫ ਇੰਟਰਸਟੇਟ ਸ਼ਿਪਮੈਂਟਸ ਦੇ ਚਾਰਜ ਲੱਗੇ ਹੈਗੇ ਆ। ਜੀ ਇਹਦੇ ਨਾਲ ਨਾਲ ਹੀ ਜੀ ਜਿਹੜਾ US ਹਾਊਸ ਕਮੇਟੀ ਆ ਉਹਨਾਂ ਦੇ ਵੱਲੋਂ ਕਾਰਗੋ ਥੈਫਟ ਨੂੰ ਫਾਈਟ ਕਰਨ ਦੇ ਲਈ $2 ਮਿਲੀਅਨ ਜਿਹੜਾ ਐਸਟੈਬਲਿਸ਼ ਕੀਤਾ ਗਿਆ ਫੰਡ, ਜਿਹੜਾ ਕਿ ਸਪਲਾਈ ਚੇਨ ਫਰਾਡ ਐਂਡ ਥੈਫਟ ਟਾਸਕ ਫੋਰਸ ਬਣਾਉਣ ਦੇ ਲਈ, ਇਹਦੇ ਲਈ ਇਹ ਚੀਜ਼ਾਂ ਜਿਹੜੀਆਂ ਇਹ ਕੀਤੀਆਂ ਜਾ ਰਹੀਆਂ। ਤੇ ਇਸ ਵੇਲੇ ਜਿਹੜੀ ਚੀਜ਼ ਹੈ ਕਿ ਆਪਾਂ ਜਿੰਨੀ ਕੁ ਆਪਾਂ ਸਮਝ ਰੱਖਦੇ ਹਾਂ, ਮੇਰੇ ਖਿਆਲ ਦੇ ਵਿੱਚ ਆਪਣੇ ਅੱਜ ਤੱਕ ਦੇ ਮੇਰੇ ਟਰੈਕਿੰਗ ਕੈਰੀਅਰ ਦੇ ਵਿੱਚ ਮੇਰੇ ਖਿਆਲ ਆ ਮੈਂ ਡਾਊਨਫਾਲ ਬਹੁਤ ਜ਼ਿਆਦਾ ਜਿਹੜਾ ਹੁਣ ਦੇਖਿਆ ਹੈਗਾ, ਜੀ ਉਹਦੇ ਨਾਲ ਨਾਲ ਆ ਜਿਹੜੀ ਥੈਫਟ ਦੀ ਪ੍ਰੋਬਲਮ ਹੈਗੀ ਆ, MC ਚੋਰੀ ਹੋ ਜਾਣੀ, MC ਦੇ ਉੱਤੇ ਲੋਡ ਦੂਜੇ ਬੁੱਕ ਕਰੀ ਜਾਣੇ, ਆ ਹੋ ਜਾਣਾ, ਉਹ ਹੋ ਜਾਣਾ, ਲਾ ਇਨਫੋਰਸਮੈਂਟ ਨਾਲ ਗੱਲ ਵੀ ਹੋਈ ਆ, ਉਹਨਾਂ ਨੂੰ ਕਿਹਾ ਗਿਆ ਕਿ ਜਿਹੜੀ ਉਹ ਕਹਿੰਦੇ ਵੀ ਇੱਕ ਚੀਜ਼ ਸੀਗੀ ਕਿ ਜਿੱਥੇ ਪੁੱਛਿਆ ਜਾ ਰਿਹਾ ਕਿ ਵਾਈ ਪੀਪਲ ਨਾਟ ਰਿਪੋਰਟ, ਜਿਹੜਾ ਜਿਹੜਾ ਮੈਂ ਬਾਰ ਬਾਰ ਕਈ ਵਾਰੀ ਆਪਾਂ ਹਰਜੋਤ ਭਾਈ ਗੱਲ ਵੀ ਕਰਦੇ ਤੇ ਕਈ ਵਾਰ ਜੀ ਮੈਂ ਬਾਰ ਜੀ ਬਾਰ ਕਹਿੰਦਾ ਹੁੰਦਾ ਕਿ ਆਪਾਂ ਰਿਪੋਰਟਿੰਗ ਨਹੀਂ ਕਰਦੇ ਹੈਗੇ, ਤੇ ਸਾਡਾ ਫਿਰ ਉੱਥੇ ਉਹਨਾਂ ਨੂੰ ਇਹੋ ਹੀ ਸੀਗਾ ਕਿ ਜਿਹੜਾ ਤੁਹਾਡਾ ਰਿਪੋਰਟਿੰਗ ਸਿਸਟਮ ਹੈਗਾ ਉਹ ਬਹੁਤ ਜ਼ਿਆਦਾ ਟੀਡੀਅਸ ਹੈਗਾ, ਬਹੁਤ ਔਖਾ ਹੈਗਾ, ਉਹਦੇ ਵਿੱਚ ਨੋਰਮਲ ਬੰਦਾ ਜਾ ਕੇ ਵੀ ਲੱਭਣਾ ਉਹਨੂੰ ਜਿਹੜਾ ਕਰਨਾ ਆ ਔਖਾ ਆ, ਤੇ ਜੀ ਜਦੋਂ ਲੈਂਗੁਏਜ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਬਹੁਤ ਵੱਡਾ ਇਸ਼ੂ ਬਣ ਜਾਂਦਾ ਰਿਪੋਰਟਿੰਗ ਦਾ। ਸੋ ਇਹ ਉਹਨਾਂ ਤੱਕ ਗੱਲ ਪੁੱਜਦੀ ਕੀਤੀ ਆ। ਬਾਕੀ ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਆ ਓਵਰਆਲ ਟਰੈਕਿੰਗ ਦੇ ਵਿੱਚ, ਸਿਚੁਏਸ਼ਨ ਜਿਹੜੀ ਆ ਕੋਈ ਖਾਸ ਵਧੀਆ ਨਹੀਂ ਹੈਗੀ, ਪਰ ਸਟਿਲ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਸਟਰੋਂਗ ਹੈਗੀਆਂ ਸੋਲਿਡ ਚੱਲ ਰਹੀਆਂ ਹੈਗੀਆਂ, ਉਹ ਸਿਰਫ ਲੌਂਗ ਟਰਮ ਪਲੈਨਿੰਗ ਤੇ ਦੇ ਡੂ ਦਾ ਰਾਈਟ ਥਿੰਗ, ਜਿਹੜੇ ਕੋਸਟ ਕਟਿੰਗ ਵਗੈਰਾ ਹੈਗੀ ਆ ਉਹ ਉਦਾਂ ਦੀ ਕੋਸਟ ਕਟਿੰਗ ਨਹੀਂ ਕਰ ਰਹੇ ਹੈਗੇ। ਸੋ ਉਹ ਆਪਣਾ ਮਤਲਬ ਕਿ ਆਪਣੀ ਫਲੀਟ ਘਟਾ ਰਹੇ ਆ ਜਾਂ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਸੋ ਆਈ ਥਿੰਕ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ, ਪਰ ਅਗੇਨ ਟਰੱਕਿੰਗ ਇੰਡਸਟਰੀ ਕਿਤੇ ਨਹੀਂ ਚੱਲੀ ਹੈਗੀ, ਟਰੱਕਿੰਗ ਇੰਡਸਟਰੀ ਨੂੰ ਐਰਕੀ ਰਿਵਾਈਵ ਕਰਨ ਨੂੰ ਜਾਂ ਬੈਕ ਆਉਣ ਨੂੰ ਥੋੜ੍ਹਾ ਟਾਈਮ ਲੱਗੂਗਾ। ਜੀ 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 ਸੋ ਬਿਲਕੁਲ, ਜਿਸ ਤਰ੍ਹਾਂ ਆਪਾਂ ਕਾਰਗੋ ਥੈਫਟ ਦੀ ਗੱਲ ਕਰਦੇ ਸੀ, ਕਾਰਗੋ ਥੈਫਟ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਵੱਧ ਗਿਆ ਹੈਗਾ। ਸੋ ਕਹਿੰਦੇ ਵੀ 430% ਇਨਕਰੀਜ਼ ਹੋਇਆ ਕਾਰਗੋ ਥੈਫਟ 1 ਸਾਲ ਦੇ ਵਿੱਚ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿੰਨਾ ਕੁ ਜ਼ਿਆਦਾ ਹੋਇਆ ਹੈਗਾ। ਸੋ US ਹਾਊਸ ਕਮੇਟੀ ਇੱਕ ਬਿੱਲ ਲੈ ਕੇ ਆ ਰਹੀ ਆ, ਉਹਨਾਂ ਨੇ ਪਾਸ ਕੀਤਾ ਐਕਚੁਅਲੀ
$2 million ਦਾ ਜੋ 2025 ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਅਪਰੋਪਰੀਏਸ਼ਨ ਬਿੱਲ, ਜਿਹਦੇ ਵਿੱਚ $2 million ਸਪਲਾਈ ਚੇਨ ਫਰੋਡ ਤੇ ਥੈਫਟ ਟਾਸਕ ਫੋਰਸ ਲਈ ਪੁੱਟ ਕੀਤਾ ਗਿਆ। ਇਸ ਬਿੱਲ ਨੂੰ ਲਿਆਉਣ ਵਾਲੇ ਆਪਣੇ ਕਾਂਗਰਸਮੈਨ ਰਮਨ ਜੀ ਸੈਮ ਫਰਿਜ਼ਨੋ ਤੋਂ ਹੀ ਆ, ਡੇਵਿਡ ਵਲਡਾਹੋ, ਆਪਾਂ ਬਹੁਤ ਸਾਰੇ ਪੰਜਾਬੀ ਜਾਣਦੇ ਹੀ ਹੈਗੇ ਉਹਨਾਂ ਨੂੰ, ਫਰਿਜ਼ਨੋ ਦੇ ਕਾਂਗਰਸਮੈਨ ਆ। ਸੋ ਵਧੀਆ ਬਿੱਲ ਲੈ ਕੇ ਆਏ ਆ, ਕੁਛ ਨਾ ਕੁਛ ਤਾਂ ਸ਼ਾਇਦ ਇਹਦੇ ਤੇ ਫਰਕ ਪਊਗਾ। ਵੀ ਜੇ ਮੈਂ ਤੁਹਾਨੂੰ ਨੰਬਰ ਦੱਸਦੇ ਜਾਵਾਂ ਤਾਂ ਤੁਸੀਂ ਬਹੁਤ ਹੈਰਾਨ ਹੋਣਾ ਵੀ ਇੰਨੇ ਜ਼ਿਆਦਾ ਜਿਹੜੇ ਕਾਰਗੋ ਥੈਫਟ ਹੋ ਰਹੇ ਹੈਗੇ ਆ। ਕਹਿੰਦੇ ਓਵਰਆਲ 371 ਕਾਰਗੋ ਥੈਫਟ ਪਹਿਲੇ ਕੁਆਟਰ ਚ ਰਿਪੋਰਟ ਕੀਤੇ ਗਏ ਆ ਜੀ। ਤਿੰਨਾਂ ਮਹੀਨਿਆਂ ਦੇ ਵਿੱਚ 371 ਦੇ ਜਿਹੜੇ ਕਾਰਗੋ ਥੈਫਟ ਆ ਰਿਪੋਰਟ ਕੀਤੇ ਗਏ ਆ, 38% ਵਾਧਾ ਆ ਪਿਛਲੇ ਸਾਲ ਨਾਲੋਂ। ਸੋ ਈਵਨ ਤੋਂ ਕਹਿੰਦੇ ਵੀ ਕੋਈ ਰਿਕੁਆਇਰਮੈਂਟ ਤਾਂ ਨਹੀਂ ਹੁੰਦੀ ਕਾਰਗੋ ਥੈਫਟ ਰਿਪੋਰਟ ਕਰਨ ਦੀ, ਪਰ ਹੁਣ ਇੰਸ਼ੋਰੈਂਸ ਕੰਪਨੀਆਂ ਕੋਲ ਜਾਂਦਾ ਤੇ ਇੰਸ਼ੋਰੈਂਸ ਕੰਪਨੀਆਂ ਫਿਰ ਹੁਣ ਕੀ ਕਰਨ, ਇੰਸ਼ੋਰੈਂਸ ਕੰਪਨੀਆਂ ਨੇ ਫਿਰ ਰੇਟ ਵਧਾਉਣੇ ਹੀ ਆ, ਜਾਂ ਫਿਰ ਅਲਟੀਮੇਟਲੀ ਉਹੀ ਹੋਣਾ ਜਿੱਦਾਂ ਹੁਣ ਇੰਸ਼ੋਰੈਂਸ ਕੰਪਨੀਆਂ ਘਰਾਂ ਦੀਆਂ ਇੰਸ਼ੋਰੈਂਸਾਂ ਨੂੰ, ਕਾਰਾਂ ਦੀਆਂ ਇੰਸ਼ੋਰੈਂਸਾਂ ਨੂੰ ਛੱਡ ਕੇ ਭੱਜ ਰਹੀਆਂ ਕੈਲੀਫੋਰਨੀਆ ਚੋਂ, ਫਿਰ ਕਾਰਗੋ ਦੀ ਇੰਸ਼ੋਰੈਂਸ ਵੀ ਨਹੀਂ ਮਿਲਣੀ ਹੈਗੀ। ਕਹਿੰਦੇ ਬਈ ਓਵਰਆਲ 11 ਥੈਫਟ ਈਵੈਂਟ ਇੱਦਾਂ ਦੀਆਂ ਸੀ ਜਿਹਨਾਂ ਚ ਹਾਈ ਵੈਲਿਊ ਕਾਰਗੋ ਸੀ, ਜਿਹਦੇ ਵਿੱਚ ਜਿੱਦਾਂ ਮੰਨ ਲਓ ਵੀ ਸੋਨਾ ਵੀ ਹੋ ਸਕਦਾ ਆ, ਇਲੈਕਟ੍ਰੋਨਿਕ ਦਾ ਸਮਾਨ, ਇੱਦਾਂ ਦਾ ਜਿਹੜਾ ਸਮਾਨ ਹੋ ਸਕਦਾ ਹੈਗਾ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਾਰਗੋ ਥੈਫਟ ਦੀ। ਤੇ ਜੇ ਓਵਰਆਲ ਸਟੇਟਾਂ ਵੀ ਮੈਂ ਦੱਸਦਾ ਜਾਵਾਂ ਤੇ ਉਹਦੇ ਚ ਸਾਡੀ ਸਟੇਟ ਆਉਂਦੀ ਹੈਗੀ ਆ ਕੈਲੀਫੋਰਨੀਆ। ਸੋ 17% ਮਿਸਲੀਨੀਅਸ ਜਿਹੜੇ ਹੋਮ ਐਂਡ ਗਾਰਡਨ ਦਾ ਸਮਾਨ, 13% ਕਲੋਥਿੰਗ। ਸੋ ਕੈਲੀਫੋਰਨੀਆ, ਟੈਕਸਸ, ਐਰੀਜ਼ੋਨਾ, ਇੱਥੇ ਸਭ ਤੋਂ ਜ਼ਿਆਦਾ ਵੱਧ ਜਿਹੜੇ ਆ ਥੈਫਟ ਹੋ ਰਹੇ ਆ ਕਾਰਗੋ ਦੇ। ਜੀ ਬਿਲਕੁਲ ਜੀ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ 468-272-5500 ਸਟੂਡੀਓ ਦਾ ਨੰਬਰ ਹੈ। ਤੁਸੀਂ ਵੀ ਇਹਨਾਂ ਜਿਹੜੇ ਚੱਲ ਰਹੇ ਇਸ਼ੂ ਆ ਇਹਨਾਂ ਦੇ ਉੱਤੇ ਆਪਣਾ ਸਵਾਲ ਆ ਕੋਈ ਜਾਂ ਆਪਣੀ ਰਾਏ ਰੱਖਣਾ ਚਾਹੁੰਦੇ ਤਾਂ ਇਸ ਨੰਬਰ ਉੱਤੇ ਕਾਲ ਕੀਤੀ ਜਾ ਸਕਦੀ ਹੈ। ਜੀ ਹਰਜੋਤ ਜੀ। ਜੀ ਸੋ ਇੱਕ ਤਾਂ ਇਹ ਆ ਵੀ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਜੇ ਤੁਹਾਨੂੰ ਪਤਾ ਆ ਵੀ ਕੌਣ ਚੋਰੀ ਕਰ ਰਿਹਾ ਦੇਖਿਆ, ਨਹੀਂ ਦੱਸਣਾ, ਇਹ ਦੱਸਣਾ ਚਾਹੀਦਾ ਹੈ। ਫਿਰ ਤੁਸੀਂ ਗੁੱਡ ਸਿਟੀਜ਼ਨ ਕਿੱਦਾਂ ਹੈਗੇ ਆ, ਕਿਉਂਕਿ ਇਹਦਾ ਅਸਰ ਓਵਰਆਲ ਹਰ ਇੱਕ ਤੇ ਪੈਣਾ ਆ। ਚੀਜ਼ਾਂ ਦੀਆਂ ਜਿਹੜੀਆਂ ਕੀਮਤਾਂ ਆ ਉਹ ਨੈਚੁਰਲੀ ਵਧਣੀਆਂ ਹੈਗੀਆਂ ਆ, ਤੇ ਇੰਸ਼ੋਰੈਂਸ ਦੇ ਰੇਟਸ ਵਧਣੇ ਆ, ਹੋ ਸਕਦਾ ਇੰਸ਼ੋਰੈਂਸ ਕੰਪਨੀਆਂ ਛੱਡ ਕੇ ਵੀ ਭੱਜ ਜਾਣ। ਜੇ ਥੋੜਾ ਜਿਹਾ ਮੈਂ ਰਮਨ ਜੀ ਵੈਸੇ ਇੰਸ਼ੋਰੈਂਸ ਦਾ ਦੱਸਦਾ ਜਾਵਾਂ, ਇੰਸ਼ੋਰੈਂਸ ਇੰਡਸਟਰੀ ਦਾ ਟਰੱਕਿੰਗ ਚ ਇੰਨਾ ਬੁਰਾ ਹਾਲ ਆ ਨਾ, ਫਿਜੀਕਲ ਡੈਮੇਜ ਜਿਹੜੇ ਆ ਉਹ 25% ਇਨਕਰੀਜ਼ ਹੋਣ ਜਾ ਰਹੇ ਆ ਰੇਟ। ਅੰਬਰੇਲਾ ਪਾਲਿਸੀ ਜਿਹੜੀ ਜਿਹਨਾਂ ਦੀ ਹੁੰਦੀ ਆ ਜਿੱਦਾਂ 1 million ਤੋਂ ਵੱਧ ਜਿਹਨੀ ਲੈਣੀ ਆ, 25-100%। ਆਟੋ ਲਾਇਬਿਲਟੀ ਦੇ ਰੇਟ 20-25% ਜਿਹੜੇ ਆ ਇਨਕਰੀਜ਼ ਹੋਏ ਹੈਗੇ ਆ। ਇਹ ਜਿਹੜੇ ਨਵੇਂ ਸਰਵੇ ਆਏ ਆ 2024 ਦੇ ਰਿਸਕ ਸਟ੍ਰੈਟਜੀਜ਼ ਵੱਲੋਂ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਈਵਨ ਤੋਂ ਕਹਿੰਦੇ ਵੀ ਕਮਰਸ਼ੀਅਲ ਟਰਾਂਸਪੋਰਟੇਸ਼ਨ ਥੋੜਾ ਬਹੁਤਾ ਗਰੋ ਜ਼ਰੂਰ ਹੋ ਰਿਹਾ ਆ, ਲਾਸਟ ਮਾਈਲ ਡਿਲੀਵਰੀਜ਼ ਵੀ ਇਨਕਰੀਜ਼ ਹੋ ਰਹੀਆਂ ਹੈਗੀਆਂ ਆ, ਲੇਬਰ ਸ਼ੋਰਟੇਜ ਹੈਗੀ ਆ, ਪਰ ਓਵਰਆਲ ਜਿਹੜੀ ਸਿਚੁਏਸ਼ਨ ਟਰੱਕਿੰਗ ਦੀ ਬਾਹਲੀ ਗੁੱਡ ਨਹੀਂ ਹੈਗੀ। ਪਰ ਜੋ ਕੁਝ ਇਹ ਵਾਪਰ ਰਿਹਾ ਆ ਐਕਸੀਡੈਂਟਸ, ਥੈਫਟ, ਸੋ ਉਹਦੇ ਨਾਲ ਜਿਹੜੇ ਅੱਜ ਕੱਲ੍ਹ ਕਈ ਆਪਣੇ ਭੈਣ ਭਰਾ ਰੋਂਦੇ ਰਹਿੰਦੇ ਆ ਵੀ ਹਾਂਜੀ ਜੀ ਸਾਡਾ 25,000, 30,000 ਜਾਂ 40,000 ਪ੍ਰੀਮੀਅਮ ਹੋ ਗਿਆ। ਸੋ ਇਹ ਲੱਗਦਾ ਇਹ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਰੇਟਸ ਆ ਉਹ ਵਧਣਗੇ।